ਤੇ ਜੋ ਨਿਸ਼ਚਾ ਹੋਣਾ ਚਾਹੀਦਾ ਹੈ ਜਿਸ ਦਾ ਨਿਸ਼ਚਾ ਨੂੰ ਗੁਰੂ ਗ੍ਰੰਥ ਸਾਹਿਬ ਤੇ ਪ੍ਰਪਕਸ਼ ਬੱਜਾ ਸੰਗਤ ਤੇ ਨਿਸ਼ਚਾ ਨੂੰ ਉਹ ਜੋ ਮਰਜ਼ੀ ਕਰੀ ਜਾਵੇ ਤੀਰਥ ਯਾਤਰਾ ਕਰੇ ਜਲ ਧਾਰੇ ਕਰੇ ਧੂਣੀਆਂ ਪਾਉਂਦਾ ਰਹੇ ਜੋ ਮਰਜ਼ੀ ਕਰੇ ਸਭ ਵਿਅਰਥ ਭਰੋਸਾ ਹੀ ਨਹੀਂ ਜਦੋਂ ਇਸ ਵਾਸਤੇ ਨਿਸ਼ਚਾ ਹੋਣਾ ਬੜਾ ਭਾਰੀ ਜ਼ਰੂਰੀ ਹੈ ਨਿਸ਼ਚਾ ਰੂਪੀ ਸੁਨਹਿਰਾ ਪਾਸ ਹੋਵੇ ਦ੍ਰਿੜਤਾ ਹੋਵੇ ਮਨ ਪ੍ਰਪਕਤਾ ਹੋਵੇ ਤੇ ਫਿਰ ਅਭਿਆਸ ਰੂਪੀ ਵੱਟਾ ਕੋਲ ਹੋਵੇ ਵੱਟੇ ਬਿਨਾਂ ਵੀ ਖਰ ਨਹੀਂ ਹੋ ਸਕਦਾ ਇਹ ਜਿਹੜਾ ਪਾਰਾ ਸੋ ਨਾਲ ਬੂਟੀ ਹਰੀ ਕਿਹੜੀ ਪਾਉਣੀ ਹੈ ਮਨ ਹਰੇ ਭਰੇ ਕਰਨ ਵਾਲੀ ਗੁਰੂ ਕੀ ਬਾਣੀ ਰੂਪੀ ਬੂਟੀ ਵਿੱਚ ਪਾਉਣੀ ਹੈ ਨਿਸ਼ਚੇ ਸੁਨਹਿਰੇ ਦੇ ਵਿੱਚ ਕੱਚੇ ਮਨ ਰੂਪੀ ਪਾਰੇ ਨੂੰ ਪਾ ਕੇ ਗੁਰੂ ਕੀ ਬਾਣੀ ਰੂਪੀ ਬੂਟੀ ਪਾ ਕੇ ਤੇ ਅਭਿਆਸ ਰੂਪੀ ਵੱਟੇ ਨਾਲ ਮੁੜ ਰਗੜਨਾ ਜੇ ਰਗੜਿਆ ਨਾ ਜਾਵੇ ਤਾਂ ਖਰ ਨਹੀਂ ਹੋਣਾ ਪਾਰੇ ਨੇ ਜੇ ਮੁੜ ਕੇ ਬਾਣੀ ਦਾ ਅਭਿਆਸ ਨਹੀਂ ਨਿਤਨੇਮ ਨਹੀਂ ਵਾਹਿਗੁਰੂ ਮੰਤਰ ਦਾ ਸਿਮਰਨ ਸਵਾਸ ਸਵਾਸ ਨਹੀਂ ਗੁਰੂ ਮੰਤਰ ਦਾ ਅਭਿਆਸ ਨਹੀਂ ਗੁਰੂ ਕੀ ਬਾਣੀ ਦਾ ਪਾਠ ਨਹੀਂ ਕੀਰਤਨ ਨਹੀਂ ਕਥਾ ਨਹੀਂ ਵਿਚਾਰ ਨਹੀਂ ਤਾਂ ਫਿਰ ਮਨ ਨੇ ਖਰ ਨਹੀਂ ਹੋਣਾ ਇਸ ਵਾਸਤੇ ਮੁੜ ਕੇ ਅਭਿਆਸ ਕਰਨਾ ਗੁਰਮ ਪਿਆਰੇ ਅੱਠੇ ਪਹਿਰ ਸਿਮਰਨ ਚ ਜੁਟ ਜਾਂਦੇ ਹਨ ਲੱਕ ਬੰਨ ਕੇ ਲੱਗ ਪੈਂਦੇ ਨੇ ਇਸ ਪਾਸੇ ਵੱਲ ਜਿਹੜਾ ਕੰਮ ਕਰਨਾ ਹੀ ਪੈਣਾ ਅੱਜ ਤੋਂ 100 ਜਨਮ ਤੋਂ ਬਾਅਦ ਵੀ ਕਰਨਾ ਪੈਣਾ 84 ਲੱਖ ਜੂਨ ਤੋਂ ਬਾਅਦ ਵੀ ਕਰਨਾ ਪੈਣਾ ਕਰੋੜਾਂ ਵਰਿਆਂ ਤੋਂ ਬਾਅਦ ਵੀ ਕਰਨਾ ਪੈਣਾ ਹੈ ਸਿਆਣਾ ਆਦਮੀ ਸੋਚ ਲੈਂਦਾ ਜਿਹੜਾ ਕੰਮ ਕੀਤੇ ਤੋਂ ਬਿਨਾਂ ਛੁਟਕਾਰਾ ਨਹੀਂ ਅਖੀਰ ਕਰਨਾ ਹੀ ਪੈਣਾ ਉਹਨੂੰ ਉਹ ਪਹਿਲਾਂ ਕਰ ਲੈਂਦੇ ਆ ਕਹਿੰਦੇ ਜਿਹੜਾ ਕਰਨਾ ਹੀ ਪੈਣਾ ਉਹਨੂੰ ਪਹਿਲਾਂ ਹੀ ਕਰ ਲਓ ਇਸੇ ਤਰ੍ਹਾਂ ਗੁਰਮੁਖ ਪਿਆਰੇ ਕਹਿੰਦੇ ਨੇ ਕਿ ਜਦੋਂ ਇਸ ਮਨ ਨੂੰ ਪਵਿੱਤਰ ਬਣਾਉਣਾ ਹੀ ਪੈਣਾ ਸੋਧਣਾ ਹੀ ਪੈਣਾ ਤਾਂ ਇਸੇ ਜਨਮ ਚ ਪਹਿਲਾਂ ਇਸੇ ਪਾਸੇ ਦਾ ਹੀ ਕੰਮ ਨਿਬੇੜ ਲਈਏ ਤਾਂ ਫਿਰ ਲੱਕ ਬੰਨ ਕੇ ਲੱਗ ਪੈਂਦੇ ਨੇ ਨਿਸ਼ਚੇ ਦੇ ਸਹਿਤ ਹੋ ਕੇ ਬਾਣੀ ਦੀ ਬੂਟੀ ਪਾ ਕੇ ਤਾਰਾ ਕੱਚਾ ਮਨ ਨੂੰ ਵਿੱਚ ਪਾ ਕੇ ਅਭਿਆਸ ਰੂਪੀ ਬੱਚੇ ਨਾਲ ਰਗੜਦੇ ਨੇ ਬੜਾ ਜਾਪ ਕਰਦੇ ਹਨ ਸਵਾਸ ਸਵਾਸ ਉੱਚੀ ਉੱਚੀ ਸਿਮਰਨ ਕਰਦੇ ਹਨ ਆ ਕੀਰਤਨ ਕਰਨ ਵਾਲੇ ਗੁਰਮੁਖ ਕਿਵੇਂ ਸਾਹਿਬਰ ਲਾਉਂਦੇ ਹਨ ਵਾਹਿਗੁਰੂ 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 ਮੁੜ ਮੁੜ ਕੇ ਇਹ ਅਭਿਆਸ ਰੂਪੀ ਬੱਚੇ ਨਾਲ ਰਗੜਨਾ ਇਹਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਜਦੋਂ ਕੇਵਲ ਬਾਣੀ ਦਾ ਰੰਗ ਹੀ ਰਹਿ ਜਾਵੇ ਮਨ ਦਾ ਸੁਭਾਅ ਮਿੱਥ ਜਾਵੇ ਉਹਦਾ ਨਾਮ ਖਰ ਕੀਤਾ ਹੋਇਆ ਪਾਰਾ ਉਹ ਗੁਰਮੁਖ ਦਾ ਜੀਵਨ ਹੈ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਸਾਨੂੰ ਆਸਰਾ ਗੁਰੂ ਕੀ ਬਾਣੀ ਦਾ ਅਸੀਂ ਲੱਗੇ ਹੀ ਗੁਰੂ ਕੀ ਬਾਣੀ ਦੇ ਪੰਜ ਸੁਣ ਸੁਣਾਉਣ ਦੇ ਵਿੱਚ ਰਹਿੰਦੇ ਹਾਂ ਐਸਾ ਜੀਵਨ ਗੁਰੂ ਪਿਆਰਿਆਂ ਦਾ ਬਣ ਜਾਣਾ ਅੱਠੇ ਪਹਿਰ ਇੱਕ ਤਨ ਮੰਨੇ ਨੂੰ ਹੁਕਮ ਅਪਾਰ।